ਹੈਲੋ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ 'ਤੇ। ਜਿਵੇਂ ਤੁਹਾਨੂੰ ਪਤਾ, ਅਸੀਂ ਸਭ ਤੋਂ ਪਹਿਲਾਂ ਤੁਹਾਡੇ ਵਾਸਤੇ ਇਗਜ਼ਾਮ ਯੂਨੀਵਰਸਿਟੀ ਇਗਜ਼ਾਮ ਅਪਡੇਟ ਲੈ ਕੇ ਆਉਂਦੇ, ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਸਾਡੀ ਫੇਸਬੁੱਕ ਪੇਜ ਨੂੰ ਲਾਈਕ ਕਰਨਾ ਨਾ ਭੁੱਲਿਓ, ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ। ਹਾਂਜੀ, ਬਹੁਤ ਸਾਰੇ ਬੱਚਿਆਂ ਦੇ ਕਮੈਂਟ ਆ ਰਹੀ ਸੀ ਕਿ ਉਹ ਕਿਹੜੀ ਈਮੇਲ ਆਈਡੀ ਹੈ ਜਿੱਥੋਂ ਅਸੀਂ ਜਿਹੜਾ ਪੇਪਰ ਕੁਐਸਚਨ ਪੇਪਰ ਪ੍ਰਾਪਤ ਕਰਾਂਗੇ ਅਤੇ ਜਿਹੜੀ ਦੁਬਾਰਾ ਸਕੈਨ ਕਰਕੇ ਕਿਸ ਈਮੇਲ ਆਈਡੀ 'ਤੇ ਅਸੀਂ ਸੈਂਡ ਕਰਾਂਗੇ। ਅੱਜ ਤੁਹਾਨੂੰ ਉਹ ਈਮੇਲ ਆਈਡੀ ਦੱਸਾਂਗੇ ਜਿੱਥੇ ਤੁਸੀਂ ਆਪਣਾ ਪੇਪਰ ਸਕੈਨ ਕਰਕੇ ਵਾਪਸ ਆਨਸਰ ਸ਼ੀਟ ਭੇਜਣੀ ਹੈ ਅਤੇ ਕਿੱਥੋਂ ਤੁਹਾਨੂੰ ਜਿਹੜੇ ਕੁਐਸਚਨ ਪੇਪਰ ਪ੍ਰਾਪਤ ਹੋਣਗੇ। ਹਾਂਜੀ ਦੋਸਤੋ, ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਉਹ ਕਿਹੜੀ ਈਮੇਲ ਆਈਡੀ ਹੈ, ਵੈਸੇ ਤਾਂ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਵੇਗੀ, ਲੇਕਿਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਵਾ ਕਿ ਈਮੇਲ ਆਈਡੀ ਕਿਹੜੀ ਹੈ, ਠੀਕ ਹੈ। ਹਾਂਜੀ ਦੋਸਤੋ, ਈਮੇਲ ਆਈਡੀ ਤੁਹਾਡੇ ਸਾਹਮਣੇ ਲਿਖੀ ਹੋਈ ਹੈ, ਤੁਸੀਂ ਦੇਖ ਸਕਦੇ, ਤੁਹਾਡੀ ਸਕਰੀਨ 'ਤੇ ਸ਼ੋ ਹੋ ਰਹੀ ਹੈ 2015@ gmail.com ਵਾਲੀ ਜਿਹੜੀ ਅਵਾਰਡ ਡਿਸੀਜ਼ਨ ਵਾਲੀ ਜਿਹੜੀ ਤੁਹਾਡੀ 2015 ਵਾਲੀ ਈਮੇਲ ਆਈਡੀ ਹੈ, ਠੀਕ ਹੈ। ਤੁਸੀਂ ਇਹ ਈਮੇਲ ਆਈਡੀ ਨੋਟ ਕਰਕੇ ਰੱਖ ਲਓ ਆਪਣੀ ਨੋਟਬੁੱਕ 'ਤੇ, ਠੀਕ ਹੈ, ਜਾਂ ਫਿਰ ਸਕਰੀਨਸ਼ੋਟ ਕਰ ਲਓ। ਇਸ ਈਮੇਲ ਆਈਡੀ 'ਤੇ ਹੀ ਤੁਸੀਂ ਜਿਹੜਾ ਕੁਐਸਚਨ ਪੇਪਰ ਪ੍ਰਾਪਤ ਕਰੋਗੇ ਅਤੇ ਦੁਬਾਰਾ ਸਕੈਨ ਕਰਕੇ ਵਾਪਸ ਭੇਜੋਗੇ, ਠੀਕ ਹੈ। ਨੈਕਸਟ ਵੀਡੀਓ 'ਚ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਤੁਸੀਂ ਆਪਣਾ ਐਡਮਿਟ ਕਾਰਡ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ, ਜੇਕਰ ਤੁਸੀਂ ਆਪਣਾ ਪਾਸਵਰਡ ਭੁੱਲ ਚੁੱਕੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਲੌਗਇਨ ਕਰਕੇ ਆਪਣਾ ਈਮੇਲ ਆਈਡੀ ਦੇ ਨਾਲ ਲੌਗਇਨ ਕਰਕੇ ਕਿਸ ਤਰ੍ਹਾਂ ਤੁਸੀਂ ਐਡਮਿਟ ਕਾਰਡ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਇਹ ਸਾਰੀਆਂ ਮਹੱਤਵਪੂਰਨ ਜਾਣਕਾਰੀਆਂ ਨੈਕਸਟ ਵੀਡੀਓ 'ਚ ਦੱਸਾਂਗੇ, ਠੀਕ ਹੈ। ਇਹ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਈਮੇਲ ਆਈਡੀ ਹੈ ਅਤੇ ਬਾਕੀ ਯੂਨੀਵਰਸਿਟੀਆਂ ਵੀ ਆਪਣੀ ਜਿਹੜੀ ਜਲਦ ਹੀ ਈਮੇਲ ਆਈਡੀਆਂ ਸੈਂਡ ਕਰ ਦੇਣਗੀਆਂ ਤੁਹਾਨੂੰ।